2022 ਆ ਔਰ ਇੱਥੇ ਯੂਕੇ ਦੇ ਵਿੱਚ ਨਵੇਂ ਸਾਲ ਦਾ ਪਹਿਲਾ ਵਰਕਿੰਗ ਡੇ ਆ ਤਾਂ ਤੁਹਾਨੂੰ ਦੱਸਿਆ ਸੀ ਨਾ ਕਿ ਅਗਰ 1st ਆਫ ਜੈਨ ਵੀਕਐਂਡ ਦੇ ਉੱਤੇ ਆ ਜਾਵੇ ਤੇ ਵੀਕਐਂਡ ਤੋਂ ਬਾਅਦ ਜਿਹੜਾ ਪਹਿਲਾ ਵਰਕਿੰਗ ਡੇ ਆਉਂਦਾ ਨਾ ਉਹਨੂੰ ਫਿਰ ਬੈਂਕ ਹੋਲੀਡੇ ਸੈਲੀਬ੍ਰੇਟ ਕਰੀ ਜਾਂਦੀ ਹੈ ਲਿਹਾਜ਼ਾ ਯੈਸਟਰਡੇ ਜਿਹੜਾ ਮੰਡੇ ਸੀਗਾ ਉਹ ਬੈਂਕ ਹੋਲੀਡੇ ਬਣ ਗਿਆ ਨਿਊ ਈਅਰ ਦਾ ਤੇ ਅੱਜ ਇਸ ਸਾਲ ਦਾ ਪਹਿਲਾ ਵਰਕਿੰਗ ਡੇ ਆ ਵਰਕਿੰਗ ਫਰਮ ਹੋਮ ਕਰ ਰਹੇ ਆ ਔਰ ਉਸ ਦੇ ਨਾਲ ਨਾਲ ਫਸਟ ਡੇ ਆਫ ਦ ਈਅਰ ਦੇ ਨਾਲ ਨਾਲ ਇਟਸ ਗੋਨਾ ਬੀ ਦ ਫਸਟ ਡੇ ਆਫ ਮਾਈ ਲਾਸਟ ਵੀਕ ਵਿਦ ਮਾਈ ਕਰੰਟ ਇੰਪਲੋਇਰ ਮੈਂ ਤੁਹਾਨੂੰ ਪਹਿਲੇ ਮੈਂਸ਼ਨ ਕਰ ਚੁੱਕੀ ਹਾਂ ਕਿ ਮੈਂ ਜੋਬ ਛੋੜ ਰਿਹਾ ਮੈਂ ਇੱਕ ਹੋਰ ਇਦਾਰੇ ਦੇ ਵਿੱਚ ਜਾ ਰਿਹਾ ਜਦੋਂ ਉਸ ਇਦਾਰੇ ਦੇ ਵਿੱਚ ਜਾਵਾਂਗਾ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਪਹਿਲੇ ਕਿਸ ਇਦਾਰੇ 'ਚ ਕੰਮ ਕਰਦਾ ਸੀ ਮੇਰਾ ਉੱਥੇ ਐਕਸਪੀਰੀਅੰਸ ਕੈਸਾ ਰਿਹਾ ਮੈਂ ਉੱਥੇ ਕਿਉਂ ਛੋੜਿਆ ਔਰ ਓਬਵੀਅਸਲੀ ਜਦੋਂ ਮੈਂ ਨਵੀਂ ਥਾਂ 'ਤੇ ਜਾਵਾਂਗਾ ਤੁਹਾਨੂੰ ਇਹ ਨਹੀਂ ਦੱਸਾਂਗਾ ਕਿ ਹੁਣ ਮੈਂ ਕਿਹੜੀ ਥਾਂ 'ਤੇ ਹਾਂ ਬਹਰਹਾਲ ਤਕਰੀਬਨ 9:02 ਹੋ ਗਏ ਹੋਏ ਨੇ ਲੈਟ ਮੀ ਲੌਗ ਇਨ ਲੈਟ ਮੀ ਰਜਿਸਟਰ ਮਾਈ ਪ੍ਰੈਜੈਂਸ ਉਸ ਤੋਂ ਬਾਅਦ ਵਿਲ ਕੀਪ ਔਨ ਟਾਕਿੰਗ ਬਿਕੋਜ਼ ਦੈਟਸ ਵੀ ਗੋਨਾ ਡੂ ਆਲ ਡੇ ਅਸਲਾਮੁ ਅਲੈਕੁਮ ਵੈਲਕਮ ਬੈਕ ਟੂ ਮਾਈ ਚੈਨਲ ਆਮ ਮੁਜ਼ੱਫਰ ਤੇਜਾ ਹਾਊ ਆਰ ਯੂ ਆਪਣੇ ਇਸ ਚੈਨਲ ਦੇ ਉੱਤੇ ਹੁਣ ਮੈਂ ਮੋਰ ਫ੍ਰੀਕੁਐਂਟ ਵਲੋਗਸ ਅਪਲੋਡ ਕਰਨੇ ਸ਼ੁਰੂ ਕੀਤੇ ਨੇ ਅਗਰ ਤੁਸੀਂ ਇਸ ਕਿਸਮ ਦੇ ਵਲੋਗਸ ਔਰ ਇਨਫੋਰਮੇਟਿਵ ਵੀਡੀਓਜ਼ ਦੇ ਵਿੱਚ ਇੰਟਰਸਟ ਰੱਖਦੇ ਹੋ ਤਾਂ ਪਲੀਜ਼ ਕੰਸੀਡਰ ਸਬਸਕ੍ਰਾਈਬਿੰਗ ਕਰ ਲਿਆ ਆਪਣੀ ਪ੍ਰੈਜੈਂਸ ਜਿਹੜੀ ਉਹ ਰਜਿਸਟਰ ਕਰਵਾਤੀ ਆ ਨਾਓ ਲੈਟ ਮੀ ਗੋ ਥਰੂ ਫਿਊ ਥਿੰਗਸ ਟੂ ਫਾਇੰਡ ਆਊਟ ਵਟ ਆਈ ਐਮ ਅਪ ਅਗੇਂਸਟ ਟੂਡੇ ਉਸ ਤੋਂ ਬਾਅਦ ਆਪਣਾ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਦੈਨ ਆਈਲ ਸ਼ੋ ਯੂ ਵਟ ਮਾਈ ਡੇ ਲੁੱਕ ਲਾਈਕ ਵੈਨ ਆਮ ਵਰਕਿੰਗ ਫਰੋਮ ਹੋਮ ਵਿਚ ਇਜ਼ ਗੋਨਾ ਬੀ ਦ ਕੇਸਟ ਆਫ ਐਵਰੀ ਡੇ ਕਿਉਂਕਿ ਹੁਣ ਜਿਹੜੀ ਮੇਰੀ ਨਵੀਂ ਜੋਬ ਆ ਦੈਟਸ ਪ੍ਰੀਡੋਮੀਨੈਂਟਲੀ ਵਰਕਿੰਗ ਫਰੋਮ ਹੋਮ ਮੈਨੂੰ ਆਫਿਸ ਨਹੀਂ ਜਾਣਾ ਪਏਗਾ ਜਦੋਂ ਕਿਤੇ ਜ਼ਰੂਰਤ ਹੋਏਗੀ ਉਦੋਂ ਜਾਣਾ ਪਏਗਾ ਲੇਕਿਨ ਰੂਟੀਨ ਦੇ ਵਿੱਚ ਮੇਰਾ ਮੇਨ ਪਲੇਸ ਆਫ ਵਰਕ ਜਿਹੜੀ ਹੈ ਦੈਟਸ ਗੋਨਾ ਬੀ ਮਾਈ ਹੋਮ ਸਾਡੇ ਫਾਈਨੈਂਸ ਪ੍ਰੋਫੈਸ਼ਨਲਸ ਵਾਸਤੇ ਨਾ ਮੰਥ ਐਂਡ ਡੇਟਸ ਜਿਹੜੀਆਂ ਹੁੰਦੀਆਂ ਨੇ ਉਹ ਵੈਸੇ ਹੀ ਬਹੁਤ ਬਿਜ਼ੀ ਹੁੰਦੀਆਂ ਨੇ ਮਤਲਬ ਜਿਹੜੇ ਅਗਲੇ ਮਹੀਨੇ ਦੇ ਪਹਿਲੇ 2-3 ਦਿਨ ਹੁੰਦੇ ਆ ਨਾ ਉਹ ਬਹੁਤ ਬਿਜ਼ੀ ਹੁੰਦੇ ਆ ਔਰ ਸਪੈਸ਼ਲੀ ਅਗਰ ਕੁਆਟਰ ਐਂਡ ਵੀ ਹੋਵੇ ਮੰਥ ਐਂਡ ਦੇ ਨਾਲ ਨਾਲ ਤਾਂ ਫਿਰ ਤਾਂ ਬਹੁਤ ਹੀ ਬਿਜ਼ੀ ਹੋ ਜਾਂਦਾ ਅਤੇ ਅੱਜ ਦਾ ਜਿਹੜਾ ਸਪੈਸ਼ਲ ਡੇ ਆ ਨਾ ਇਟਸ ਨੋਟ ਓਨਲੀ ਮੰਥ ਐਂਡ ਨੋਟ ਓਨਲੀ ਕੁਆਟਰ ਐਂਡ ਬਟ ਈਅਰ ਐਂਡ ਐਜ਼ ਵੈਲ ਇਸ ਵਾਸਤੇ ਨਾ ਪਹਿਲੇ 3 ਦਿਨ ਜਿਹੜੇ ਨੇ ਬਹੁਤ ਬਿਜ਼ੀ ਹੋਣੇ ਨੇ ਕਿਉਂਕਿ ਪਹਿਲੇ 3 ਦਿਨਾਂ ਦੇ ਵਿੱਚ ਨਾ ਜਿਹੜੇ ਪਿਛਲੇ ਸਾਲ ਦੇ ਅਕਾਊਂਟਸ ਨੇ ਉਹ ਕਲੋਜ਼ ਕਰਨੇ ਹੁੰਦੇ ਨੇ ਇਸ ਲਈ ਅੱਜ ਦਾ ਦਿਨ ਕਾਫੀ ਬਿਜ਼ੀ ਹੋਣਾ ਆ ਬਟ ਫੋਰਚੂਨੇਟਲੀ ਔਰ ਅਨਫੋਰਚੂਨੇਟਲੀ ਮੇਰੇ 'ਤੇ ਇੰਨਾ ਪ੍ਰੈਸ਼ਰ ਨਹੀਂ ਹੋਣਾ ਕਿਉਂਕਿ ਮੈਂ ਆਪਣੇ ਡਿਲੀਵਰੇਬਲਸ ਨੇ ਜਿਹੜੀਆਂ ਮੇਰੀ ਰਿਸਪੋਂਸਿਬਿਲਟੀ ਸੀਗੀਆਂ ਉਹ ਮੈਂ ਆਪਣੇ ਟੀਮ ਨੂੰ ਦੇ ਚੁੱਕਿਆ ਹੋਇਆ ਉਹ ਕਰਨਗੇ ਇਸ ਵਾਰੀ ਮੈਂ ਮਤਲਬ ਉਹਨਾਂ ਨੂੰ ਕ੍ਰੋਸ ਟ੍ਰੇਨਿੰਗ ਵਗੈਰਾ ਸਭ ਕੁਝ ਦੇ ਚੁੱਕਿਆ ਹਾਂ ਉਹ ਹੁਣ ਮੇਰੀ ਜ਼ਿੰਮੇਦਾਰੀ ਨਹੀਂ ਹੈਗੀ ਉਹ ਪਰਫੋਰਮ ਕਰਨਗੇ ਉਹ ਕੰਟਰੋਲਸ ਅਤੇ ਅਗਰ ਉਹਨਾਂ ਨੂੰ ਕੋਈ ਇਸ਼ੂ ਹੋਏਗਾ ਤਾਂ ਮੈਂ ਇੱਥੇ ਬੈਠਾ ਉਹ ਮੈਨੂੰ ਪੁੱਛ ਸਕਦੇ ਆ ਇਸ ਵਜ੍ਹਾ ਤੋਂ ਮੇਰੇ 'ਤੇ ਇੰਨਾ ਪ੍ਰੈਸ਼ਰ ਨਹੀਂ ਹੋਏਗਾ ਹੋਪਫੁਲੀ ਥੋੜ੍ਹੀ ਦੇਰ ਤੱਕ ਇਨ 4 ਮਿੰਟਸ ਸਾਡੀ ਇੱਕ ਕਾਲ ਹੁੰਦੀ ਆ ਜਿਹਦੇ 'ਚ ਅਸੀਂ ਡਿਸਕਸ ਕਰਦੇ ਹਾਂ ਕਿ ਫਰਸਟ ਆਫ ਦਾ ਡੇ ਕੀ ਇਸ਼ੂਜ਼ ਨੇ ਕੀ ਡਿਲੀਵਰੇਬਲਸ ਨੇ ਕਿਸੇ ਨੂੰ ਅਗਰ ਕੋਈ ਪ੍ਰੋਬਲਮ ਆ ਅਤੇ ਉਹ ਨਾ ਰੇਜ਼ ਕਰੇ ਤਾਂ ਕਿ ਉਹਨੂੰ ਰਿਜ਼ੋਲਵ ਕਰਵਾਇਆ ਜਾ ਸਕੇ ਅਗਰ ਕਿਸੇ ਦੂਸਰੀ ਟੀਮ ਨੂੰ ਉਹਨੂੰ ਰੀਚ ਆਊਟ ਕਰਨਾ ਹੈ ਉਹਨਾਂ ਨੂੰ ਕੀਤਾ ਜਾ ਸਕੇ ਅਗਰ ਉਹਨੂੰ ਕੋਈ ਕਪੈਸਿਟੀ ਦਾ ਇਸ਼ੂ ਆ ਅਤੇ ਕੋਈ ਦੂਸਰਾ ਟੀਮ ਮੈਂਬਰ ਜਿਹੜਾ ਉਹ ਜੰਪ ਇਨ ਕਰਕੇ ਉਹਦੀ ਹੈਲਪ ਆਊਟ ਕਰ ਸਕੇ Thank you.
ਜੀ ਇੱਕ ਮਾਈਲਸਟੋਨ ਅਚੀਵ ਹੋ ਗਿਆ ਤੇ ਹੋਪਫੁਲੀ ਕੋ ਲੱਗਦਾ ਤਾਂ ਨਹੀਂ ਹੈ ਕਿ ਲੰਮਾ ਚੌੜਾ ਇਸ਼ੂ ਆ ਸੋ ਆਈ ਥਿੰਕ ਇਟਸ ਗੋਇੰ ਟੂ ਬੀ ਅ ਸਮੂਥ ਸੇਲਿੰਗ ਟੂਡੇ ਮੈਂ ਆਪਣੀ ਤਕਰੀਬਨ ਹਰ ਵੀਡੀਓ ਦੇ ਵਿੱਚ ਹੀ ਕਹਿਣਾ ਹੈ ਕਿ ਮੌਸਮ ਬਹੁਤ ਅੱਛਾ ਹੈ ਮੌਸਮ ਬਹੁਤ ਅੱਛਾ ਹੈ ਮੌਸਮ ਦਰਅਸਲ ਅੱਛਾ ਹੁੰਦਾ ਨਹੀਂ ਹੈਗਾ ਲੇਕਿਨ ਨਾ ਇੱਕ ਅੰਦਰੋਂ ਇੱਕ ਪੋਜ਼ਿਟਿਵਿਟੀ ਪੈਦਾ ਕਰਨ ਵਾਸਤੇ ਮੈਂ ਕਹਿਣਾ ਹੁੰਦਾ ਅੱਜ ਲਿਟਰਲੀ ਅੱਜ ਮੌਸਮ ਵੈਸੇ ਹੀ ਬਹੁਤ ਅੱਛਾ ਹੈ ਅੱਜ ਧੁੱਪ ਨਿਕਲੀ ਹੋਈ ਹੈ ਔਰ ਬੜਾ ਫਸਟ ਕਲਾਸ ਰੋਸ਼ਨ ਬਿਹਤਰੀਨ ਅਗਰ ਤੁਹਾਨੂੰ ਮੈਂ ਦਿਖਾ ਸਕਾਂ ਇਸ ਕਮਰੇ ਦੇ ਵਿੱਚ ਵੀ ਬਾਕਾਇਦਾ ਧੁੱਪ ਆ ਰਹੀ ਹੈ ਛਣ ਛਣ ਕੇ ਐਂਡ ਅਗਰ ਮੈਂ ਥੱਲੇ ਜਾਵਾਂ ਆਈ ਹੋਪ ਕਿ ਥੱਲੇ ਕਿਚਨ ਦੇ ਵਿੱਚ ਵੀ ਨਾ ਸਾਡੇ ਬਹੁਤ ਵਿੰਡੋ ਆ ਬੜੀ ਜਿਹੜੀ ਪਿੱਛੇ ਗਾਰਡਨ ਦੇ ਵਿੱਚੋਂ ਵੈਸੇ ਇੱਥੇ ਧੁੱਪ ਤਾਂ ਨਹੀਂ ਆ ਰਹੀ ਬਟ ਕੁਆਇਟ ਗੁੱਡ ਇਨਵਾਇਰਮੈਂਟ ਹੈ ਇੱਥੇ ਵੀ ਵੈਰੀ ਨਾਈਸ ਅੱਜ ਲਿਟਰਲੀ ਗੁੱਡ ਵੈਦਰ ਅੱਜ ਜਦੋਂ ਤਾਂ ਕੋਵਿਡ ਆਇਆ ਆ ਕੋਵਿਡ ਨੇ ਸਾਨੂੰ ਵਰਕਿੰਗ ਫਰੋਮ ਹੋਮ ਤੋਂ ਰੂਟਨਾਸ ਕਰਾਤਾ ਅਤੇ ਬਹੁਤ ਸਾਰੇ ਅਦਾਰਿਆਂ ਨੇ ਇਹ ਇੰਪਲੀਮੈਂਟ ਕੀਤਾ ਆ ਅਤੇ ਹੁਣ ਤਾਂ ਨਵੀਆਂ ਜਿਹੜੀਆਂ ਜੋਬਸ ਆ ਰਹੀਆਂ ਨੇ ਉਹਨਾਂ ਦੇ ਵਿੱਚ ਨਾ ਕੁਛ ਕੰਪਨੀਆਂ ਤਾਂ ਹਾਈਬ੍ਰਿਡ ਵਰਕਿੰਗ ਔਫਰ ਕਰਦੀਆਂ ਅਤੇ ਕੁਛ ਕਹਿੰਦੀਆਂ ਨੇ ਕੰਪਲੀਟਲੀ ਰਿਮੋਟ ਵਰਕਿੰਗ ਕਿ ਜੀ ਘਰੋਂ ਜਾਓ ਅਤੇ ਘਰ ਜਾ ਕੇ ਵਰਕਿੰਗ ਫਰੋਮ ਹੋਮ ਕਰੋ ਅਤੇ ਵਰਕਿੰਗ ਫਰੋਮ ਹੋਮ ਦੇ ਫਾਇਦੇ ਵੀ ਨੇ ਨੁਕਸਾਨਾਤ ਵੀ ਨੇ ਫਾਇਦੇ ਨੇ ਨਾ ਜਿਹੜੇ ਬਹੁਤ ਵੱਡੇ ਉਹਨਾਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਤੁਹਾਡੇ ਕੋਲ ਨਾ ਫੁੱਲ ਇੰਡੀਪੈਂਡੈਂਸ ਹੁੰਦੀ ਹੈ ਲਿਬਰਟੀ ਹੁੰਦੀ ਹੈ ਤੁਸੀਂ ਆਪਣੀ ਮਰਜ਼ੀ ਨਾਲ ਉੱਠੋ ਆਪਣੀ ਮਰਜ਼ੀ ਨਾਲ ਕੰਮ ਕਰੋ ਔਰ ਤੁਸੀਂ ਵਿੱਚੋਂ ਬ੍ਰੇਕਸ ਵੀ ਲੈ ਸਕਦੇ ਹੋ ਬ੍ਰੇਕਸ ਤੁਹਾਨੂੰ ਲੈਣੀਆਂ ਚਾਹੀਦੀਆਂ ਨੇ ਡਰੋਬੈਕ ਇਹ ਹੈ ਕਿ ਤੁਸੀਂ ਵਰਕਿੰਗ ਫਰੋਮ ਹੋਮ ਕਰ ਰਹੇ ਹੁੰਦੇ ਹੋ ਤੁਸੀਂ ਸਮਟਾਈਮ ਗਿਲਟੀ ਫੀਲ ਕਰਦੇ ਹੋ ਕਿ ਯਾਰ ਮੈਂ ਅਗਰ ਕੰਪਿਊਟਰ ਤੋਂ ਅਵੇ ਹੋ ਗਿਆ ਜਾਂ ਮੇਰਾ ਸਟੇਟਸ ਚਲਾ ਗਿਆ ਕਿ ਅਵੇ ਹੈ ਅਤੇ ਉਹ ਮੈਨੇਜਰ ਸੋਚੇਗਾ ਪਤਾ ਨਹੀਂ ਕਿੱਥੇ ਚਲਾ ਗਿਆ ਕਿਉਂਕਿ ਦੂਸਰੇ ਐਂਡ 'ਤੇ ਉਹਨਾਂ ਨੂੰ ਸਟੇਟਸ ਆ ਰਿਹਾ ਹੁੰਦਾ ਨਾ ਕਿ ਔਨਲਾਈਨ ਆ ਅਵੇ ਆ ਆਫਲਾਈਨ ਆ ਅਤੇ ਇੱਦਾਂ ਨਹੀਂ ਸੋਚਣਾ ਚਾਹੀਦਾ ਜਿੱਦਾਂ ਤੁਸੀਂ ਬ੍ਰੇਕਸ ਆਪਣੇ ਆਫਿਸ ਦੇ ਵਿੱਚ ਲੈਂਦੇ ਹੋ ਉੱਦਾਂ ਹੀ ਤੁਹਾਨੂੰ ਬ੍ਰੇਕਸ ਲੈਣੀਆਂ ਚਾਹੀਦੀਆਂ ਨੇ ਵਰਕਿੰਗ ਫਰੋਮ ਹੋਮ ਕਰਦੇ ਹੋਏ ਕਿਉਂਕਿ ਅਗਰ ਤੁਸੀਂ ਆਫਿਸ ਦੇ ਵਿੱਚ ਹੋ ਨਾ ਤਾਂ ਲਿਟਰਲੀ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਤੁਸੀਂ ਜ਼ਿਆਦਾ ਟਾਈਮ ਵੇਸਟ ਕਰਦੇ ਹੋ ਕੋਈ ਤੁਹਾਡੇ ਕੋਲ ਯਾਰ ਦੋਸਤ ਆ ਗਿਆ ਉਹਦੇ ਕੋਲ ਖਲੋ ਕੇ 5 ਮਿੰਟ ਗੱਪਾਂ ਲਾਉਣ ਲੱਗ ਗਏ ਕੋਈ ਤੁਹਾਡੇ ਡੈਸਕ 'ਤੇ ਆ ਗਿਆ ਕਿਸੇ ਕੋਲ ਤੁਸੀਂ ਉੱਠ ਕੇ ਚਲੇ ਗਏ ਉਹਦੇ ਨਾਲ ਅਸੀਂ ਗੱਪਾਂ ਲਾਉਣ ਲੱਗ ਪੈਂਦੇ ਹਾਂ ਕੋਈ ਦੋਸਤ ਆ ਜਾਂਦਾ ਕਿ ਚੱਲਾ ਚਾਹ ਲੈਣ ਚੱਲੀਏ ਉੱਪਰ ਕੈਂਟੀਨ ਚਲੇ ਜਾਂਦੇ ਤੁਸੀਂ ਚਾਹ ਲੈਣ ਵਾਸਤੇ ਚਾਹ ਲੈਣ ਗਏ ਹੋ ਤੁਸੀਂ ਲਿਟਰਲੀ 15-20 ਮਿੰਟ ਤੁਹਾਡੇ ਲੱਗ ਗਏ ਤੁਸੀਂ 3 ਵਾਰੀ ਅਗਰ ਗਏ ਹੋ ਨਾ 45 ਮਿੰਟ ਘੰਟਾ ਬੰਨੇ ਆ ਫਿਰ ਤੁਸੀਂ ਲੰਚ 'ਤੇ ਜਾਣਾ ਆ ਲੰਚ 'ਤੇ ਤੁਸੀਂ ਡੈਫੀਨੇਟਲੀ ਉੱਥੇ ਜਨਾਬ ਘੰਟਾ ਲਾ ਕੇ ਆਉਣਾ ਆ ਅਤੇ ਜਦੋਂ ਤੁਸੀਂ ਘਰ ਹੁੰਦੇ ਹੋ ਘਰ ਮੈਂ ਸਮਝਦਾ ਅਗਰ ਤੁਸੀਂ ਕੌਫੀ ਬਣਾਉਣ ਜਾਣਾ ਆ ਇਸ ਗਨਾ ਵੀ 2 ਮਿੰਟਸ ਜੋਬ ਅਗਰ ਤੁਸੀਂ ਖਾਣਾ ਖਾਣਾ ਆ ਇਸ ਗਨਾ ਵੀ 15 ਮਿੰਟਸ ਜੋਬ ਤੁਸੀਂ ਜ਼ਿਆਦਾ ਪ੍ਰੋਡਕਟਿਵ ਔਰ ਜ਼ਿਆਦਾ ਕੰਮ ਕਰ ਸਕਦੇ ਹੋ ਮੇਰੀ ਅੰਡਰਸਟੈਂਡਿੰਗ ਆ ਹੁਣ ਤਾਂ ਤੁਸੀਂ ਦੇਖੋ ਕਿ ਇੰਨੀ ਐਡਵਾਂਸਮੈਂਟ ਹੋ ਗਈ ਹੈ ਇਸ ਵਰਕਿੰਗ ਫਰੋਮ ਹੋਮ ਵਾਲੇ ਸਿਸਟਮ ਦੇ ਵਿੱਚ ਜਰਮਨੀ ਦੇ ਵਿੱਚ ਇੱਕ ਇੰਸੀਡੈਂਟ ਹੋਇਆ ਕਿ ਬੰਦਾ ਵਰਕਿੰਗ ਫਰੋਮ ਹੋਮ ਕਰ ਰਿਹਾ ਸੀਗਾ ਉਹ ਆਪਣੇ ਬੈੱਡ ਤੋਂ ਉੱਠਿਆ ਹੁਣ ਸਪੋਜ਼ ਅਗਰ ਆਹ ਮੇਰਾ ਬੈੱਡਰੂਮ ਆ ਮੈਂ ਇੱਥੋਂ ਆਹ ਮੇਰਾ ਬੈੱਡਰੂਮ ਅਗਰ ਮੈਂ ਇੱਥੋਂ ਉੱਠ ਕੇ ਇੱਧਰ ਆਇਆ ਹਾਂ ਆਪਣੇ ਸਟੱਡੀ ਰੂਮ ਦੇ ਵਿੱਚ ਜਾਂ ਮੇਰਾ ਜਿਹੜਾ ਆਫਿਸ ਬਣਾਇਆ ਹੋਇਆ ਅਤੇ ਇਹ ਬੇਸਿਕਲੀ ਜਿਹੜਾ ਵਿੱਚ ਰਸਤਾ ਹੈ ਨਾ ਇਹ ਮੇਰੀ ਕਮਿਊਟ ਆ ਟੂ ਵਰਕ ਅਤੇ ਉੱਥੇ ਕੇਸ ਇਹ ਹੋਇਆ ਜਰਮਨੀ ਦੇ ਵਿੱਚੋਂ ਕਿ ਬੰਦਾ ਆਪਣੇ ਬੈੱਡ ਤੋਂ ਉੱਠਿਆ ਔਰ ਆਪਣੇ ਸਟੱਡੀ ਰੂਮ 'ਚ ਆਉਂਦੇ ਤੱਕ ਨਾ ਕਿਤੇ ਦਾ ਠੁੱਡਾ ਲੱਗਿਆ ਵਿਚਾਰੇ ਦਾ ਡਿੱਗ ਪਿਆ ਉਹਦੇ ਸੱਟ ਲੱਗ ਗਈ ਅਤੇ ਉਹਨੇ ਕਲੇਮ ਕਰਤਾ ਆਪਣੇ ਇੰਪਲੋਇਰ ਦੀ ਇੰਸ਼ੋਰੈਂਸ 'ਤੇ ਅਤੇ ਉਹ ਕੋਰਟ ਨੇ ਫਿਰ ਡਿਸਾਈਡ ਕੀਤਾ ਕਿ ਭਾਈ ਭਾਵੇਂ ਉਹ ਵਰਕਿੰਗ ਫਰੋਮ ਹੋਮ ਕਰ ਰਿਹਾ ਆ ਬਟ ਹਿਜ਼ ਕਮਿਊਟ ਫਰੋਮ ਹਿਜ਼ ਬੈੱਡ ਟੂ ਹਿਜ਼ ਚੇਅਰ ਜਿੱਥੇ ਬਹਿ ਕੇ ਉਹਨੇ ਕੰਮ ਕਰਨਾ ਆ ਦੈਟਸ ਹਿਜ਼ ਅਫੀਸ਼ੀਅਲ ਕਮਿਊਟ ਐਂਡ ਦੈਟ ਸ਼ੁੱਡ ਬੀ ਕਵਰਡ ਅੰਡਰ ਇੰਪਲੋਇਰਸ ਲਾਇਬਿਲਿਟੀ ਤੋ ਜਨਾਬ ਇੰਪਲੋਇਰ ਦੀ ਜਿਹੜੀ ਇੰਸ਼ੋਰੈਂਸ ਸੀ ਉਹਨਾਂ ਨੂੰ ਪੇ ਕਰਨਾ ਪਿਆ ਮਤਲਬ ਨਾ ਇਸ ਕਿਸਮ ਦੇ ਤੁਸੀਂ ਕਹਿ ਲਓ ਕਿ ਰੂਲਸ ਔਰ ਗਾਈਡਲਾਈਨ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਸੋ ਇਟਸ ਆ ਨਿਊ ਥਿੰਗ ਸਾਨੂੰ ਅਡੋਪਟ ਕਰਨੀ ਚਾਹੀਦੀ ਹੈ ਅਗਰ ਫੈਸਿਲਿਟੀ ਅਵੇਲੇਬਲ ਹੈਗੀ ਆ ਇਹਨੂੰ ਇੰਜੋਏ ਕਰੋ ਇਹਦੀ ਇਹਦਾ ਬੈਨੀਫਿਟ ਤੋਂ ਫਾਇਦਾ ਚੁੱਕੋ ਔਰ ਅਗਰ ਵਰਕਿੰਗ ਫਰੋਮ ਹੈਗੀ ਹੈ ਫੈਸਿਲਿਟੀ ਦੈਨ ਇੰਜੋਏ ਇਟ ਬਿਕੋਜ਼ ਇਟਸ ਲੋਟ ਮੋਰ ਬੈਟਰ ਐਂਡ ਕੰਫਰਟੇਬਲ ਦੈਨ ਵਰਕਿੰਗ ਇਨ ਐਨ ਆਫਿਸ ਤੁਸੀਂ ਆਫਿਸ ਜਾਣਾ ਆ ਕਮਿਊਟ ਕਰਕੇ ਔਰ ਕਮਿਊਟ ਜਦੋਂ ਕਰਨੀ ਆ ਤੁਸੀਂ ਟ੍ਰੇਨ ਧੱਕੇ ਖਾਣੇ ਆ ਮੋਟਰਵੇਜ਼ ਦੇ ਉੱਤੇ ਜਨਾਬ ਜੈਮ ਟ੍ਰੈਫਿਕ ਦੇ ਵਿੱਚ ਖਲੋਤੇ ਰਹਿਣਾ ਮੈਂ ਕੀਤਾ ਹੈ 2.5 ਸਾਲ ਅਤੇ ਮੈਨੂੰ ਪਤਾ ਹੈ ਹਾਓ ਪੇਨਫੁੱਲ ਇਟ ਇਜ਼ ਲੇਕਿਨ ਅਗਰ ਤੁਸੀਂ ਘਰੋਂ ਤੁਸੀਂ ਨਾ ਜ਼ਿਆਦਾ ਸਲੀਪ ਕਰ ਸਕਦੇ ਹੋ ਜ਼ਿਆਦਾ ਸੌਂ ਸਕਦੇ ਹੋ ਆਪਣਾ ਟਾਈਮ 'ਤੇ ਉੱਠ ਕੇ ਜ਼ਿਆਦਾ ਕੰਮ ਕਰ ਸਕਦੇ ਹੋ ਤੁਹਾਨੂੰ ਜਨਾਬ ਘੜੀ ਅੱਖ ਲਾਉਣ ਨੂੰ ਦਿਲ ਕਰ ਰਿਹਾ ਯੂ ਕੈਨ ਟੇਕ ਅ ਨੈਪ ਸੋ ਇਟਸ ਰੀਅਲੀ ਈਜ਼ੀ ਇਟਸ ਯੂ ਨੋ ਕੋਵਿਡ ਨੇ ਪ੍ਰੋਬਲਮ ਬੜੀਆਂ ਕ੍ਰੀਏਟ ਕੀਤੀਆਂ ਨੇ ਸਾਡੇ ਵਾਸਤੇ ਬਟ ਆਈ ਥਿੰਕ ਦਿਸ ਇਜ਼ ਵਨ ਆਫ ਦ ਬਲੈਸਿੰਗ ਵਿਚ ਕੋਵਿਡ ਹੈਜ਼ ਬਰੋਟ ਵਿਦ ਇਟ ਸੋ ਲੈਟਸ ਇੰਜੋਏ ਇਟ ਲਓ ਜੀ ਅੱਲਾ ਜਾਣਦਾ ਮੈਂ ਦਿਨ ਸ਼ੁਰੂ ਹੋਣ 'ਤੇ ਸੋਚਿਆ ਸੀਗਾ ਕਿ ਥੋੜ੍ਹੀ ਦੇਰ ਤੱਕ ਨਾ ਨਾਸ਼ਤਾ ਕਰਦਾ ਬਟ ਤੁਹਾਡੇ ਸਾਹਮਣੇ ਟਾਈਮ ਦੇਖੋ ਤਕਰੀਬਨ 1 ਵਜ ਚੱਲਿਆ ਅਤੇ ਹੁਣ ਮੈਂ ਥੱਲੇ ਜਾ ਰਿਹਾ ਬ੍ਰੈਕਫਾਸਟ ਵਾਸਤੇ
दिस इज़ वन ऑफ द ड्रॉबैक वर्क फ्रॉम होम कि तुहानूं अपनी रूटीन का ही अंदाजा नहीं रहिंदा कि तुसीं कित्थे पहुंचे हो किहड़ी चीज़ रह गई है खाण पीण वाली किहड़ी हले करनी है तो ईवन मैनूं याद है एक दफ़ा जदों काम शुरू होया कोविड वाला बैक इन 2020 मैं एक दफ़ा इदा ही सोचा कि मैं बस करदा ब्रैकफास्ट करदा सुबह उठा जदों तो 4 बजे मैं टाइम मिले अपना ब्रैकफास्ट करन दा या जो भी माड़ा मोटा मैं खाना खाना सी ना वो 4 बजे मैं टाइम मिले इट्स नॉट ओनली वर्किंग फ्रॉम होम इट्स द टाइप ऑफ इंडस्ट्री यू आर वर्किंग इन हुण जिहड़ी इंडस्ट्री दे विच जिहड़ी कंपनी दे विच मैं काम कर रहा इट्स रियली फास्ट पेस्ड इन इंडस्ट्री इत्थे काम बहुत होंदे ने जिम्मेदारियां बहुत होंदियां ने डिलीवरेबल बहुत होंगे जो अभी काम कंप्लीट करके डिस्ट्रीब्यूट करने होंगे ने तो तुहाडा फोकस उन्हां ते हुंदा तुसीं इन्ना खुबे हुए हुंदे हो अपनियां चीज़ां दे विच अपने कामां दे विच कि तुहानूं याद ही नहीं रहिंदा कि तुसीं आह करना सी आह करना सी यकीन करो तुसीं मैं जाना 9 बजे काम ते जाईदा सी ते 5 बजे दा सेम सिर चुकीदा सी कि 5 बज गए ओह माई गॉड 5 बज गए पता ही नहीं सी चलता किन्नी स्पीड ने टाइम गुजरता सी लेकिन ना इहदा इस वर्किंग इस टाइप दे एनवायरनमेंट दा एक फायदा भी आ यू तुसीं मतलब बुरा नहीं फील करते तुसीं ये नहीं समझते कि यार मैं कित्थे फस गया कि टाइम ही नहीं मिलता आ नहीं हुंदा आ नहीं हुंदा तुसीं आटोमैटिकली उहनूं इंजॉय करन लग पैंदे हो और जदों कितें कोई दिन आ जाए ना जदों इन्ने बिजी ना होवो तुसीं फिर स्ट्रगल करदे हो कि यार इह की गल होई काम ही नहीं आया करन नूं कोई तो मतलब बेनीफिट्स एंड डिसएडवानटेज है ने लेकिन ना इंजॉय करते हो तुम बोतल में भर के सुबह अपने डेस्क के उत्ते रख लैंना और लंच तक या लंच तो थोड़ी देर बाद तक मैं फिनिश कर देना 2.2 लीटर वाटर पैंता और इट्स वन ऑफ द टास्क ऑफ द डे फॉर मी इन मैं इन्ना भर के तो फिनिश करना हूँ मेरे एक ना दोस्त के होंगी सी ऑफिस के बोतल तो वह देखा देखी मैं भी लई सी तो बस वो दिन तो अज का दिन एक आदत बना ली हुई है कि सुबह जो डेस्क पर बहना है अपनी बाकी चीज़ा जीडिया लैनिया ने उन्होंने नाल ये बोतल भी भर के रखनी है और इनू एज अ टास्क फिनिश करना है बिफोर एंड ऑफ द डे पानी एक ऐसी चीज़ है जिन्ना मर्जी पियो इनू उन्ना ही अच्छा है तुसी किसी भी डॉक्टर हकीम वैद किसी को भी जाओ थोनू ज़्यादा तो ज़्यादा पानी पीने वाले कहेंगे तुसी बहुत ही भी अगर डिटेल ना पाओ बहुत ही तहकीक ना पाओ तो देखो इन्ने हुण सियाने बंदे अगर कहन रहे ज़्यादा ज़्यादा पानी पियो विच फायदा ही होना ना कोई स्पैशली जिन्होंने बेचारे अल्लाह माफ़ करे पत्थरी हो जाते गुरदियां दे विच तो उन्होंने डॉक्टर कहें कि तुम ज़्यादा ज़्यादा पानी पियो तो वह ना पानी के थ्रू ही पत्थरी निकल जाएगी तो अगर एड्डी वड्डी मर्ज़ का हल इलाज हैगा आ पानी पीना तो होर पता नहीं कि चीज़ा हो लिहाजा पानी पियो एज मच एज यू कैन वन ऑफ द बिगेस्ट बेनीफिट ऑफ वर्किंग फ्रॉम होम जो तुम टाइम मिले थोड़ी तुम वर्कआउट भी कर सकते हैं एक्सरसाइज जिन्नी कर सकते हो ना करते रहना चाहिए थोड़ी बहुत ही जिन्नी भी थोड़ी बॉडी इस्तात हैगी ना थोड़ी जरूर करो स
ਸਾਡਾ ਨਾ ਦੇਸੀਆਂ ਦਾ ਬਹੁਤ ਵੱਡਾ ਮਸਲਾ ਅਸੀਂ ਕਿਸੇ ਵੀ ਕਿਸਮ ਦੀ ਜਿਹੜੀ ਇਹ ਕਸਰਤ ਆ ਨਾ ਐਕਸਰਸਾਈਜ਼ ਇਹਦੇ ਵੱਲ ਅਸੀਂ ਬਿਲਕੁਲ ਤੋਜਨ ਦਿੰਦੇ ਇਹੀ ਵਜ੍ਹਾ ਹੈ ਵੈਲ ਨਾਟ ਇਹੀ ਵਜ੍ਹਾ ਹੈ ਇਟਸ ਵਨ ਆਫ ਦਾ ਮੇਨ ਰੀਜ਼ਨ ਕਿ ਸਾਡੀ ਜਿਹੜੀ ਏਜਸ ਨੇ ਨਾ ਲਿਵਿੰਗ ਏਜਸ ਜਿਹੜੀ ਸਾਡੀ ਦੇਸੀਆਂ ਦੀ ਉਹ ਇਹਨਾਂ ਗੋਰਿਆਂ ਤੋਂ ਬਹੁਤ ਘੱਟ ਆ ਇਹਨਾਂ ਗੋਰਿਆਂ ਦੇ ਬੰਦੇ ਦੇਖੋ ਅਸੀਂ 70-80-90 ਨੋਰਮਲ ਰਹਿਣ ਦੀ ਅਤੇ ਸਾਡੇ ਬੰਦਾ 50 to 60 ਦੇ ਦਰਮਿਆਨ ਫਟਕ ਜਾਂਦਾ ਅਤੇ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਜਿੰਨੀ ਮਰਜ਼ੀ ਕਰੋ ਅਤੇ ਇਹਨਾਂ ਚੀਜ਼ਾਂ ਨੂੰ ਬਿਲਕੁਲ ਵੀ ਖਾਤਰ 'ਚ ਨਾ ਲਿਆਇਆ ਕਰੋ ਕਿ ਤੁਸੀਂ ਇੰਨਾ ਡੰਬਲ ਲਾ ਰਹੇ ਹੋ ਦੁਨੀਆਂ ਹੱਸਣ ਡਈ ਹੈ ਅੱਛਾ ਜੀ ਹੁਣ ਜਨਾਬ ਡੋਲੇ ਬਣ ਰਹੇ ਨੇ ਇਹਨਾਂ ਚੀਜ਼ਾਂ ਇਹ ਇੱਕ ਵਜ੍ਹਾ ਹੁੰਦੀ ਹੈ ਸਾਡੀ ਨਾ ਜਿਹਦੀ ਵਜ੍ਹਾ ਤੋਂ ਅਸੀਂ ਕਰਦੇ ਨਹੀਂ ਹੈਗੇ ਕਿ ਅਸੀਂ ਕਰਾਂਗੇ ਤਾਂ ਯਾਰ ਲੋਕ ਕਹਿਣਗੇ ਉਹ ਯਾਰ ਬੜੇ ਡੋਲੇ ਬਣਾਉਣ ਲੱਗ ਪਏ ਯਾਰ ਮੈਂ ਆਪਣੀ ਸਿਹਤ ਦਾ ਖਿਆਲ ਰੱਖਣਾ ਨਾ ਅਤੇ ਤੁਸੀਂ ਨਹੀਂ ਰੱਖਣਾ ਅਤੇ ਅਗਰ ਮੈਂ ਰੱਖ ਰਿਹਾ ਹਾਂ ਅਤੇ ਇਟ ਡਜ਼ਨਟ ਮੈਟਰ ਕਿ ਕੋਈ ਦੂਸਰਾ ਬੰਦਾ ਕੀ ਕਹਿ ਰਿਹਾ ਕਿਹਾ ਜੀ ਬਕ ਬਕ ਕਰਨ ਡਿਆ ਨੇ ਜਸਟ ਡੂ ਵਟ ਇਜ਼ ਗੁੱਡ ਫੋਰ ਯੂ ਡੋਂਟ ਲਿਸਨ ਟੂ ਦੀਜ਼ ਕਾਇੰਡ ਆਫ ਨੈਗੇਟਿਵ ਪੀਪਲ ਜਿਨ੍ਹਾਂ ਨੇ ਹਰ ਚੀਜ਼ ਦਾ ਮਜ਼ਾਕ ਉਡਾਉਣਾ ਹੁੰਦਾ ਕਿਸੇ ਚੀਜ਼ ਨੂੰ ਅਪਰੀਸ਼ੀਏਟ ਨਹੀਂ ਕਰਨਾ ਹੁੰਦਾ ਤੁਸੀਂ ਤੁਹਾਨੂੰ ਪਤਾ ਹੈ ਤੁਹਾਡੇ ਵਾਸਤੇ ਗੁੱਡ ਕੀ ਆ ਤੁਸੀਂ ਉਹ ਕੰਮ ਕਰੋ ਡਜ਼ਨਟ ਮੈਟਰ ਉੱਤੇ ਕੋਈ ਹੱਸਦਾ ਆ ਆਵਾਜ਼ਾਂ ਕੱਸਦਾ ਆ ਤੁਹਾਡਾ ਮਜ਼ਾਕ ਉਡਾਉਂਦਾ ਡੋਂਟ ਕੰਸੀਡਰ ਦੈਮ ਬਿਲਕੁਲ ਉਹਨਾਂ ਨੂੰ ਖਾਤਰ 'ਚ ਲਿਆਓ ਤਕਰੀਬਨ ਅੱਧਾ ਦਿਨ ਲੰਘਿਆ ਹੋਇਆ ਹਾਲੇ ਤੱਕ ਤਾਂ ਸੁੱਖ ਸਾਂਹ ਦੀ ਹੈ ਅਤੇ ਤਕਰੀਬਨ 139 ਹੋ ਗਏ ਨੇ ਹਾਲੇ ਤੱਕ ਤਾਂ ਕੋਈ ਐਡਾ ਡਿਜ਼ਾਸਟਰਸ ਕਿਸਮ ਦਾ ਕੰਮ ਨਹੀਂ ਹੋਇਆ ਅਤੇ ਹੋਪਫੁਲੀ ਰੈਸਟ ਆਫ ਦਾ ਡੇ ਵੀ ਆਰਾਮ ਨਾਲ ਲੰਘ ਜਾਏਗਾ ਅਤੇ ਕੱਲ੍ਹ ਬੇਸਿਕਲੀ ਡਿਫੀਕਲਟ ਹੋਇਆ ਕਿਉਂਕਿ ਕੱਲ੍ਹ ਤੀਸਰਾ ਦਿਨ ਆ ਅਤੇ ਤੀਸਰੇ ਦਿਨ ਨੂੰ ਨਾ ਲਾਸਟ ਈਅਰ ਕਲੋਜ਼ ਕਰਨਾ ਹੁੰਦਾ ਤਾਂ ਮੈਂ ਐਕਸਪੈਕਟਿੰਗ ਕਿ ਕੱਲ੍ਹ ਦਾ ਦਿਨ ਥੋੜ੍ਹਾ ਬਿਜ਼ੀ ਹੋਏਗਾ ਅੱਜ ਮੈਂ ਇੱਕ ਮੇਰੀ ਅਪੁਆਇੰਟਮੈਂਟ ਆ ਉਸ ਵਾਸਤੇ ਨਾ ਮੈਂ 5 ਤਾਂ ਨੋਰਮਲੀ ਫਿਨਿਸ਼ ਕਰੀਦਾ ਲੇਕਿਨ ਅੱਜ ਮੈਂ ਉਸ ਅਪੁਆਇੰਟਮੈਂਟ ਦੇ ਵਿਆਹ ਤੋਂ ਮੈਂ 4 ਫਿਨਿਸ਼ ਕਰਨਾ ਅਤੇ ਆਈ ਥਿੰਕ ਅਰਾਊਂਡ 4 ਆਪਾਂ ਰੈਪ ਅਪ ਕਰਾਂਗੇ ਇੱਥੋਂ ਮੈਂ ਆਪਣੇ ਚੈਨਲ ਦੇ ਉੱਤੇ ਨਾ ਕੋਸ਼ਿਸ਼ ਕਰਦਾ ਹਾਂ ਕਿ ਇਹ ਨਾ ਡੇਲੀ ਵਲੋਗਸ ਤੋਂ ਇਲਾਵਾ ਵੀ ਇੱਕ ਸਟੋਰੀ ਟੈਲਿੰਗ ਵਲੋਗ ਮੈਂ ਪ੍ਰਿਪੇਅਰ ਕਰਦਾ ਉਹ ਵੀ ਮੈਂ ਵਕਤ ਨਾ ਆਪਣੇ ਚੈਨਲ 'ਤੇ ਅਪਲੋਡ ਕਰਿਆ ਕਰਾਂ ਇੱਕ ਵੀਡੀਓ ਮੈਂ ਆਲਮੋਸਟ ਰੈਡੀ ਕੀਤੀ ਹੋਈ ਆ ਐਕਚੁਲੀ ਉਹਨਾਂ ਵੀਡੀਓਸ 'ਤੇ ਨਾ ਟਾਈਮ ਲੱਗਦਾ ਉਹ ਸਪੋਂਟੇਨੀਅਸ ਨਹੀਂ ਹੁੰਦੀਆਂ ਉਹ ਰੈਂਡਮ ਨਹੀਂ ਹੁੰਦੀਆਂ ਕਿ ਬਸ ਕੈਮਰਾ ਚੁੱਕਿਆ ਅਤੇ ਜੋ ਜ਼ਿਹਨ 'ਚ ਆਇਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਉਹਦੇ ਵਾਸਤੇ ਮੈਨੂੰ ਐਕਚੁਲੀ ਆਈਡੀਆ ਕਨਸੀਵ ਕਰਨਾ ਪੈਂਦਾ ਸਕ੍ਰਿਪਟ ਲਿਖਣਾ ਪੈਂਦਾ ਫਿਰ ਵੀਡੀਓ ਰਿਕਾਰਡ ਕਰਨੀ ਪੈਂਦੀ ਹੈ ਅਤੇ ਫਿਰ ਓਬਵੀਅਸਲੀ ਵੀਡੀਓ ਨੂੰ ਐਡਿਟ ਕਰਕੇ ਅਤੇ ਅਪਲੋਡ ਕਰਨਾ ਹੁੰਦਾ ਉਹ ਇੱਕ ਵੀਡੀਓ 'ਤੇ ਮੈਂ ਕੰਮ ਕਰ ਰਿਹਾ ਸਕ੍ਰਿਪਟ ਮੈਂ ਉਹਦਾ ਫਾਈਨਲ ਕਰ ਲਿਆ ਹੋਇਆ ਔਰ ਅੱਜ ਅਗਰ ਮੈਨੂੰ ਟਾਈਮ ਮਿਲਿਆ ਅਦਰਵਾਈਜ਼ ਕੱਲ੍ਹ ਮੈਂ ਵੀਡੀਓ ਰਿਕਾਰਡ ਕਰਾਂਗਾ ਅਤੇ ਮੇਰੀ ਪੂਰੀ ਕੋਸ਼ਿਸ਼ ਹੋਈ ਕਿ ਵਿਦਇਨ ਦਿਸ ਵੀਕ ਨਾ ਉਹ ਮੈਂ ਵੀਡੀਓ ਵੀ ਅਪਲੋਡ ਕਰਦਾ ਮੈਂ ਬੜਾ ਐਕਸਾਈਟਿਡ ਹਾਂ ਉਸ ਵੀਡੀਓ ਬਾਰੇ ਮੈਂ ਉਮੀਦ ਕਰਦਾ ਕਿ ਮੈਂ ਸਕ੍ਰਿਪਟ ਬੜਾ ਅੱਛਾ ਲਿਖਿਆ ਹੋ ਔਰ ਉਹਦੇ 'ਚ ਨਾ ਇੱਕ ਮੈਸੇਜ ਹੈ ਬੇਸਿਕਲੀ ਤੁਹਾਨੂੰ ਸਟੋਰੀ ਸੁਣਾਵਾਂਗਾ ਔਰ ਐਟ ਦਾ ਐਂਡ ਇੱਕ ਮੈਸੇਜ ਉਹਦੇ 'ਚੋਂ ਨਾ ਤੁਸੀਂ ਕਹਿ ਲਓ ਕਿ ਐਕਸਟਰੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਨੂੰ ਕਿ ਅਸੀਂ ਫੜ ਕੇ ਕੁਛ ਲਰਨ ਕਰ ਸਕਦੇ ਹਾਂ ਉਹ ਵੀਡੀਓ ਹੋਪਫੁਲੀ ਇਸ ਵੀਕ ਨਾ ਅਰਾਊਂਡ ਸਮ ਟਾਈਮ ਡੈਫੀਨੇਟਲੀ ਅਪਲੋਡ ਹੋ ਜਾਏਗੀ ਉਸ ਤੋਂ ਇਲਾਵਾ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੇ ਮੇਰੇ ਡੇਲੀ ਵਲੋਗਸ ਨੇ ਇਟਸ ਨੋਟ ਕਨ ਬੀ ਡੇਲੀ ਵਲੋਗਸ ਕਿਉਂਕਿ ਡੇਲੀ ਵਲੋਗਸ ਵਾਸਤੇ ਤੁਹਾਨੂੰ ਬਹੁਤ ਕੁਛ ਚਾਹੀਦਾ ਹੁੰਦਾ ਤੁਹਾਨੂੰ ਟਾਈਮ ਚਾਹੀਦਾ ਹੁੰਦਾ ਬਹੁਤ ਜ਼ਿਆਦਾ ਉਨਾ ਟਾਈਮ ਮੇਰੇ ਕੋਲ ਨਹੀਂ ਹੁੰਦਾ ਮੈਂ ਕੋਸ਼ਿਸ਼ ਕਰ ਰਿਹਾ ਕਿ ਐਵਰੀ ਅਦਰ ਡੇ ਸੋ ਐਵਰੀ ਅਦਰ ਡੇ ਅਗਰ ਕਰਾਂਗਾ ਤਾਂ ਐਟਲੀਸਟ ਵੀਕ ਦੇ ਵਿੱਚ 3 ਵਲੋਗ ਬਣ ਜਾਇਆ ਕਰਾਂਗੇ ਮੇਰੀ ਕੋਸ਼ਿਸ਼ ਹੈ ਕਿ ਐਟਲੀਸਟ 3 ਵਲੋਗਸ ਔਰ ਇੱਕ ਨਾ ਕੋਈ ਪ੍ਰੋਪਰ ਪ੍ਰਪੇਅਰਡ ਮਤਲਬ ਸਟਰਕਚਰਡ ਕਿਸਮ ਦਾ ਸਟੋਰੀ ਵਾਲਾ ਵਲੋਗ ਜਿਹੜਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰੀਏ ਉਹਦੇ 'ਚ ਮਤਲਬ ਸਟੋਰੀ ਹੋਵੇ ਔਰ ਉਹਦੇ 'ਚੋਂ ਕੋਈ ਪੋਜ਼ਿਟਿਵ ਚੀਜ਼ ਆਪਾਂ ਐਕਸਟ੍ਰੈਕਟ ਕਰਿਆ ਕਰੀਏ ਵਨ ਆਫ ਦੈਟ ਵੀਡੀਓ ਇਜ਼ ਗੋਇੰਨਾ ਕਮ ਅਰਾਊਂਡ ਦਿਸ ਵੀਕ ਸੋ ਸਟੇ ਟਿਊਨ ਫੋਰ ਦੈਟ ਤਕਰੀਬਨ 3:30 ਦਾ ਟਾਈਮ ਹੋ ਚੱਲਿਆ ਹੁਣ ਤਕਰੀਬਨ 4 ਦੇ ਕਰੀਬ ਮੈਂ ਆਪਣੀ ਅਪੁਆਇੰਟਮੈਂਟ ਵਾਸਤੇ ਨਿਕਲ ਜਾਣਾ ਮੈਂ ਤਾਂ ਐਕਸਪੈਕਟ ਕੀਤਾ ਸੀਗਾ ਕਿ ਬਹੁਤ ਬਿਜ਼ੀ ਦਿਨ ਹੋਏਗਾ ਲੇਕਿਨ ਖਿਲਾਫੇ ਤਵੱਕੋ ਇੰਨਾ ਪ੍ਰੈਸ਼ਰ ਨਹੀਂ ਸੀ ਹੈਗਾ ਇੰਨਾ ਇੰਟੈਂਸ ਨਹੀਂ ਸੀ ਹੈਗਾ ਜਿਹਦੀ ਕਿ ਮੈਂ ਵਜ੍ਹਾ ਕੁਛ ਸਮਝ ਸਕਦਾ ਹਾਂ ਕਿਉਂਕਿ ਮੇਰੇ ਸਿਰਫ 4 ਨੇ ਇੱਥੇ ਦੇ ਆਰ ਟਰਾਇੰਗ ਟੂ ਡੂ ਐਵਰੀਥਿੰਗ ਬਾਈ ਦੈਮਸੈਲਵਸ ਵਿਦ ਮੇਰੀ ਘੱਟ ਤੋਂ ਘੱਟ ਮਦਦ ਦੇ ਨਾਲ ਅਤੇ ਜਿੰਨਾ ਉਹ ਅੱਛਾ ਕਰ ਸਕਦੇ ਆ ਇੰਨਾ ਉਹਨਾਂ ਵਾਸਤੇ ਬੈਟਰ ਅਤੇ ਮੈਂ ਹੁਣ ਥੋੜ੍ਹੀ ਦੇਰ ਤੱਕ ਆਪਣੀ ਅਪੁਆਇੰਟਮੈਂਟ ਵਾਸਤੇ ਨਿਕਲ ਜਾਣਾ ਐਂਡ ਦੈਟਸ ਇਟ ਸੋ ਵਰਕਿੰਗ ਫਰੋਮ ਹੋਮ ਦਾ ਦਿਨ ਕੰਪਲੀਟ ਦਿਸ ਇਜ਼ ਦਾ ਰੂਟੀਨ ਵੈਨ ਆਈ ਵਰਕ ਫਰੋਮ ਹੋਮ ਦਿਸ ਇਜ਼ ਵਟ ਇਟ ਲੁਕਸ ਲਾਈਕ ਇਹਦਾ ਬਿਗੈਸਟ ਫਾਇਦਾ ਜਿਹੜਾ ਮੈਂ ਸਮਝਦਾ ਹਾਂ ਨਾ ਵਰਕਿੰਗ ਫਰੋਮ ਹੋਮ ਦਾ ਤੁਸੀਂ 5 ਕੰਮ ਖਤਮ ਕੀਤਾ 5:01 ਤਾਂ ਤੁਸੀਂ ਆਪਣੀ ਫੈਮਿਲੀ ਦੇ ਕੋਲ ਤੁਸੀਂ 6 ਖਤਮ ਕੀਤਾ 6:01 ਦਾ ਫੈਮਿਲੀ ਦੇ ਕੋਲ 7 ਕੀਤਾ 7:01 ਤਾਂ ਤੁਸੀਂ ਫੈਮਿਲੀ ਦੇ ਕੋਲ ਹੁਣ ਇਹੀ ਇਮੈਜਿਨ ਕਰੋ ਕਿ ਅਗਰ ਤੁਸੀਂ 6 ਟਾਈਮ ਕੰਮ ਫਿਨਿਸ਼ ਕੀਤਾ ਅਤੇ ਤੁਸੀਂ ਨਾ 1.5 ਘੰਟਾ ਤੁਹਾਨੂੰ ਲੱਗ ਗਿਆ ਕਮਿਊਟ 'ਚ ਘਰ ਤੁਸੀਂ ਪਹੁੰਚੇ 7:30 ਤੁਸੀਂ 7 ਕੰਮ ਫਿਨਿਸ਼ ਕੀਤਾ 8:30 ਤੁਸੀਂ ਘਰ ਪਹੁੰਚੇ ਹੈ ਨਾ ਫਾਇਦਾ ਤੁਸੀਂ ਕੰਮ ਵੀ ਜ਼ਿਆਦਾ ਕਰ ਲਿਆ ਫੈਮਿਲੀ ਨੂੰ ਵੀ ਟਾਈਮ ਦੇ ਹੋ ਗਿਆ ਇਸ ਲਈ ਮੈਂ ਤਾਂ ਬਹੁਤ ਪਸੰਦ ਕਰ ਰਿਹਾ ਇਹਨੂੰ ਵਰਕਿੰਗ ਫਰੋਮ ਹੋਮ ਨੂੰ ਮੇਰੀ ਨਵੀਂ ਜੋਬ ਵੀ ਜਿਹੜੀ ਆ ਉਹ ਪ੍ਰੀਡੋਮੀਨੈਂਟਲੀ ਵਰਕਿੰਗ ਫਰੋਮ ਹੋਮ ਆ ਆਮ ਲੁਕਿੰਗ ਫੋਰਵਰਡ ਟੂ ਇਟ
आई थिंक दैट्स इट फॉर द डे। अगर थोड़ा वीडियो पसंद आई है प्लीज़ लाइक शेयर एंड कॉमेंट, और अगर तुम चैनल को सबसक्राइब नहीं किया हाले तक तो प्लीज़ चैनल को सबसक्राइब कर लो, बिकॉज दैट्स हाउ आई गैट द एनकरेजमेंट टू मेक मोर वीडियोज। अपना बहुत सारा ख्याल रखियो, थोड़ा जल्दी मुलाकात होएगी, उदो तक अल्लाह हाफिज़।